ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ਉੱਪਰ ਜਸ਼ਨਦੀਪ ਕੌਰ ਇਨਸਾਫ ਮੋਰਚੇ ਦੇ ਵੱਲੋਂ ਪਿਛਲੇ 12 ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਗਿਆ। ਮੈਂ ਇਸ ਵੇਲੇ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ। ਪਿੱਛੇ ਤੁਸੀਂ ਦੇਖੋ ਕਿ ਇਹ ਜਿਹੜਾ ਪੱਕਾ ਮੋਰਚਾ, ਉਹਦੇ ਵਿੱਚ ਵਿਦਿਆਰਥੀ ਬੈਠੇ ਨੇ ਜਸ਼ਨਦੀਪ ਕੌਰ ਦੇ, ਪਿੰਡ ਤੋਂ ਵੀ ਲੋਕ ਆਏ ਨੇ, ਉਹਦੇ ਫਾਦਰ ਸਾਹਿਬ ਆਏ ਨੇ, ਅਤੇ ਇੱਧਰ ਲੰਗਰ ਚਲਾਇਆ ਗਿਆ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ 24 ਘੰਟੇ ਇੱਥੇ ਇਸ ਪ੍ਰਦਰਸ਼ਨ 'ਚ ਸ਼ਾਮਿਲ ਹੁੰਦੇ ਨੇ। ਹੁਣ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਸ਼੍ਰੀ ਹਰਦਿਆਲ ਸਿੰਘ ਕੰਬੋਜ ਵੀ ਇਹਨਾਂ ਵਿਦਿਆਰਥੀਆਂ ਨੂੰ ਸਮਰਥਨ ਦੇਣ ਦੇ ਲਈ ਇੱਥੇ ਪਹੁੰਚੇ ਨੇ। ਪਹਿਲਾਂ ਕੰਬੋਜ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਕੰਬੋਜ ਸਾਹਿਬ, ਇੱਕ ਲੜਕੀ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ, ਤੁਸੀਂ ਪ੍ਰਦਰਸ਼ਨ 'ਚ ਆਏ ਹੋ, ਕੀ ਸੋਚਦੇ ਹੋ? ਦੇਖੋ, ਬੜੀ ਮਦਭਾਗੀ ਗੱਲ ਹੈ ਕਿ ਸਾਡੀ ਆਪਣੀ ਬੇਟੀ ਆ, ਪੰਜਾਬ ਦੀ ਬੇਟੀ ਹੈ, ਸਾਡੀ ਸਾਰਿਆਂ ਦੀ ਬੇਟੀ ਆ, ਇਕੱਲੀ ਸਰਦਾਰ ਹਰਚਰਨ ਸਿੰਘ ਉਹਨਾਂ ਦੀ ਬੇਟੀ ਨਹੀਂ, ਸਾਡੀ ਸਾਰਿਆਂ ਦੀ ਬੇਟੀ ਆ ਜੀ। ਤਾਂ ਪਿਛਲੇ ਦਿਨੀ ਜਿਨ੍ਹਾਂ ਹਾਲਾਤਾਂ ਦੇ ਅੰਦਰ ਉਹਨਾਂ ਉਹਦਾ ਲੜਕੀ ਦਾ ਇੱਥੋਂ ਜਾਣਾ ਹੋਇਆ, ਉਹਦੀ ਮੌਤ ਹੋਈ ਹੈਗੀ ਆ, ਅਤੇ ਉਹਦੇ ਵਿੱਚ ਨੈਚੁਰਲੀ ਸੀ ਕਿ ਜਿਹੜਾ ਆਮ ਗੁੱਸਾ ਸੀ, ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਲੜਕੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਉਹ ਫੈਲਣਾ ਸੀ, ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਗਈ ਆ, ਅਤੇ ਉਹ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀਆਂ ਭੈਣਾਂ ਦੀ ਰਾਖੀ ਦੇ ਵਾਸਤੇ, ਆਪਣੀਆਂ ਬੱਚੀਆਂ ਦੀ ਰਾਖੀ ਦੇ ਵਾਸਤੇ ਇੱਕ ਜਿਹੜਾ ਕਦਮ ਸੀ ਉਠਾਇਆ, ਅਤੇ ਇਹ ਸਤੰਬਰ ਤੋਂ ਇਹ ਐਜੀਟੇਸ਼ਨ ਸੀ ਜਿਹੜੀ ਇਹ ਸ਼ੁਰੂ ਕੀਤੀ, ਅਤੇ ਪਿਛਲੇ ਕੋਈ 10-12 ਦਿਨ ਤੋਂ ਇਹ ਲਗਾਤਾਰ ਇੱਥੇ ਜਿਹੜਾ ਇਹ ਧਰਨੇ 'ਤੇ ਵੀ ਬੈਠੇ ਆ। ਮੈਂ ਪੇਪਰਾਂ 'ਚ ਜ਼ਰੂਰ ਪੜ੍ਹਦਾ ਰਿਹਾ ਪਹਿਲਾਂ, ਅਤੇ ਸਾਨੂੰ ਤਾਂ ਇਹ ਕੋਸ਼ਿਸ਼ ਸੀ ਕਿ ਚਲੋ ਇਹ ਯੂਨੀਵਰਸਿਟੀ ਦਾ ਮੈਟਰ ਹੈ ਅਤੇ ਇਹਨਾਂ ਨੂੰ ਇਹ ਸੋਲਵ ਕਰਨਾ ਚਾਹੀਦਾ, ਪਰ ਦੁੱਖ ਦੀ ਗੱਲ ਇਹ ਹੈਗੀ ਆ ਕਿ ਮੈਂ ਹੁਣ ਜਦੋਂ ਸਾਰੀ ਗੱਲ ਇਹਨਾਂ ਦੀ ਸੁਣੀ, ਇਹਨਾਂ ਦੇ ਇਹਦੇ ਫਾਦਰ ਦੀ ਵੀ, ਬੇਟੀ ਦੇ ਫਾਦਰ ਦੀ ਵੀ ਗੱਲ ਸੁਣੀ ਹੈ, ਇਹਨਾਂ ਬੱਚਿਆਂ ਦੀ ਵੀ ਗੱਲ ਸੁਣੀ ਹੈ, ਪਰ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਯੂਨੀਵਰਸਿਟੀ ਵੱਲੋਂ ਆਪਣੀ ਜਿਹੜੀ ਇੱਕ ਕਮੇਟੀ ਕੌਂਸਟੀਚਿਊਟ ਕੀਤੀ, ਸੈਕਸੁਅਲ ਹਰਾਸਮੈਂਟ ਕਮੇਟੀ, ਉਹਨੂੰ ਇਹ ਮਾਮਲਾ ਦਿੱਤਾ ਗਿਆ ਪੜਤਾਲ ਕਰਨ ਦੇ ਲਈ, ਅਤੇ ਉਸ ਕਮੇਟੀ ਨੇ ਹੀ ਰਿਪੋਰਟ ਦਿੱਤੀ ਅਤੇ ਜਿਹੜਾ ਸੰਬੰਧਿਤ ਵਿਅਕਤੀ ਸੀ ਉਹਦੇ ਖਿਲਾਫ਼ ਕਿ ਉਸਨੇ ਇਸ ਲੜਕੀ ਨੂੰ ਕਿਸ ਤਰੀਕੇ ਦੇ ਨਾਲ ਜਲੀਲ ਕਰਨ ਦੀ ਕੋਸ਼ਿਸ਼ ਕੀਤੀ, ਕਿਵੇਂ ਹਰਾਸਮੈਂਟ ਕੀਤੀ, ਤਾਂ ਜਿਹੜਾ ਕਾਜ਼ ਆਫ ਡੈਥ ਆ ਉਹਦਾ ਉਹ ਕਾਰਨ ਜਿਹੜਾ ਬਣਿਆ ਹੁਣ ਜੀ। ਪਰ ਹੈਰਾਨੀ ਦੀ ਗੱਲ ਇਹ ਆ ਕਿ ਉਹਦੀ ਰਿਪੋਰਟ 'ਤੇ ਇੰਪਲੀਮੈਂਟ ਤਾਂ ਕੀ ਕਰਨਾ ਸੀਗਾ, ਉਹਨੂੰ ਬਿਲਕੁਲ ਵਾਸ਼ ਕਰਨ ਦੇ ਲਈ ਜਾਂ ਪ੍ਰੈਸ਼ਰ ਪਾਉਣ ਦੇ ਲਈ ਬੱਚਿਆਂ ਦੇ ਉੱਤੇ ਕਿ ਇਸ ਗੱਲ ਨੂੰ ਅੱਗੇ ਨਾ ਲੈ ਕੇ ਜਾਣ, ਤਾਂ ਉਹ ਬੱਚਿਆਂ ਨੂੰ ਵੀ ਜਿਹੜਾ ਹੈਗਾ ਸਸਪੈਂਡ ਕੀਤਾ ਗਿਆ, ਜਦੋਂ ਕਿ ਉਹਨਾਂ ਦੇ ਐਗਜ਼ਾਮ ਜਿਹੜੇ ਹੈਗੇ ਆ ਉਹ ਜਾਰੀ ਹੈਗੇ ਆ। ਉਹੀ ਮਤਲਬ ਕਿ ਇਹਦੇ ਲਈ ਹੋਏਗਾ ਪੂਰਾ ਗੁਨਾਹਗਾਰ ਹੈ, ਮੈਂ ਤਾਂ ਇਹ ਕਹਾਂਗਾ। ਹੁਣ ਕੀ ਕਹਿਣਾ ਚਾਹੁੰਦੇ, ਕੀ ਕਾਰਵਾਈ ਹੋਣੀ ਚਾਹੀਦੀ? ਮੈਂ ਇਹ ਕਹਿਣਾ ਚਾਹੁੰਦਾ ਹੈਗਾ, ਮੈਂ ਬਹੁਤੀ ਲੰਬੀ ਗੱਲ ਨਾ ਕਰਦਾ, ਮੈਂ ਇੱਕੇ ਗੱਲ ਜਿਹੜੀ ਹੈਗੀ ਆ ਇਹ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਾਂਗਾ ਕਿ ਜਿਹੜੀ ਇਹਨਾਂ ਦੀ ਜਿਹੜੀ ਕਮੇਟੀ ਕੌਂਸਟੀਚਿਊਟ ਕੀਤੀ ਹੋਈ ਆ ਉਹ ਕਮੇਟੀ ਦੀ ਰਿਪੋਰਟ 'ਤੇ ਹੀ ਕਾਰਵਾਈ ਕਰਨ, ਦੈਨ ਵੀ ਆਲ ਆਰ ਸੈਟਿਸਫਾਈਡ। ਇਹ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਰੀਇੰਸਟੇਟ ਕਰਕੇ ਇਹਨਾਂ ਨੂੰ ਆਪਣੇ ਡਿਪਾਰਟਮੈਂਟ 'ਚ ਤਿਆਰੀ ਵਾਸਤੇ ਭੇਜੋ ਜੀ। ਬਿਲਕੁਲ। ਸੋ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੇ ਇੱਥੇ ਆਏ ਨੇ, ਪੂਰੀ ਗੱਲ ਕਹੀ ਹੈ। ਮੇਰੇ ਨਾਲ ਹੋਰ ਵਿਦਿਆਰਥੀ ਵੀ ਮੌਜੂਦ ਨੇ, ਵਿਦਿਆਰਥੀ ਆਗੂ ਵੀ ਮੌਜੂਦ ਨੇ, ਤੁਹਾਨੂੰ ਦਿਖਾ ਦਈਏ ਕਿ ਪੂਰੀ ਰਾਤ ਇਹ ਜਿਹੜੇ ਵਿਦਿਆਰਥੀ ਨੇ ਇੱਥੇ ਬੈਠ ਕੇ, ਕਿਉਂਕਿ ਸ਼ਹੀਦੀ ਸਪਤਾਹ ਵੀ ਚੱਲ ਰਿਹਾ, ਉੱਥੇ ਵਾਹਿਗੁਰੂ ਦਾ ਜਾਪ ਵੀ ਕਰਦੇ ਨੇ, ਲੰਗਰ ਵੀ ਲਗਾਇਆ ਗਿਆ ਸੀ। ਮੇਰੇ ਨਾਲ ਨਿਰਮਲ ਸਿੰਘ ਮੌਜੂਦ ਨੇ, ਵਿਦਿਆਰਥੀ ਆਗੂ ਨੇ, ਉਹਨਾਂ ਨਾਲ ਗੱਲ ਕਰ ਲਿਆ। ਨਿਰਮਲ ਜੀ, ਕੀ ਹਾਲਾਤ ਨੇ ਹੁਣ? ਕੋਈ ਭਰੋਸਾ, ਕੋਈ ਗੱਲ ਆਈ ਹੈ ਵੀ ਤੁਹਾਡੀ ਗੱਲ ਮੰਨੀ ਜਾਵੇ ਜਾਂ ਮੀਟਿੰਗ ਦੇ ਲਈ ਬੁਲਾਇਆ ਗਿਆ ਹੋਵੇ? ਨਾ ਜੀ, ਕੋਈ ਵੀ ਇਹਨਾਂ ਦਾ ਭਰੋਸਾ ਨਹੀਂ ਦਵਾਇਆ ਜਾ ਰਿਹਾ। ਮੀਟਿੰਗਾਂ ਕਰਦੇ ਆ, ਮੀਟਿੰਗਾਂ ਵਿੱਚ ਬਸ ਇਹੋ ਕਹਿ ਰਹੇ ਆ ਕਿ ਤੁਸੀਂ ਆਪਣਾ ਪਿੱਛੇ ਹਟ ਜਾਓ,
ਜੇ ਤੁਸੀਂ ਇਸ ਆਵਾਜ਼ ਨੂੰ ਬਿਲਕੁਲ ਲਈ ਬੁਲੰਦ ਕਰਦੇ ਰਹੇ ਤਾਂ ਤੁਹਾਡੇ 'ਤੇ ਇਸ ਤੋਂ ਵੀ ਵੱਡੀ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਯੂਨੀਵਰਸਿਟੀ ਵੱਲੋਂ। ਹਾਂਜੀ ਅਤੇ ਅੱਗੇ ਹੁਣ ਤੁਸੀਂ ਕੀ ਸੋਚਿਆ? ਅਸੀਂ ਇਹੋ ਸੋਚਿਆ ਕਿ ਜਿੰਨਾ ਚਿਰ ਸਾਡੀ ਇਹ ਭੈਣ ਜਸ਼ਨਦੀਪ ਕੌਰ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਅਤੇ ਜਿਹੜੀਆਂ ਵਿਦਿਆਰਥਣਾਂ ਨੇ ਬਿਆਨ ਦਿੱਤੇ ਉਹਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਜਿੰਨਾ ਵੀ ਸਮਾਂ ਲੱਗੇ ਅਸੀਂ ਦਿਨ ਰਾਤ ਇੱਥੇ ਬੈਠੇ ਰਹਾਂਗੇ। ਪੱਕਾ ਮੋਰਚਾ ਜਾਰੀ ਰਹੇਗਾ ਜੀ। ਬਿਲਕੁਲ ਨਿਰਮਲ ਨੇਗੇ ਉਸ ਜਿਹੜਾ ਚੱਲ ਰਿਹਾ ਉਹਦਾ ਇੱਕ ਹਿੱਸਾ ਨੇ। ਤੁਸੀਂ ਦੇਖੋ ਕਿ ਪਿੱਛੇ ਜਿਹੜਾ ਟੈਂਟ ਲਗਾਇਆ ਗਿਆ, ਮੈਂ ਤੁਹਾਨੂੰ ਤਸਵੀਰਾਂ ਦਿਖਾ ਦਾ ਕਿ ਸੜਕ ਦੇ ਉੱਪਰ ਇਹ ਟੈਂਟ ਲਗਾਇਆ ਗਿਆ ਅਤੇ ਜਿਹੜੇ ਵਿਦਿਆਰਥੀ ਨੇ ਉਸ ਜਗ੍ਹਾ ਦੇ ਉੱਪਰ ਰਾਤ ਨੂੰ ਇੱਥੇ ਹੀ ਠੰਡ ਹੋਵੇ ਧੁੰਦ ਹੋਵੇ ਆਪਣੀ ਜਿਹੜੀ ਰਾਤ ਹੈ ਕੱਟਦੇ ਨੇ, ਅੱਗ ਬਾਲ ਕੇ ਅੱਗ ਵੀ ਸੇਕੀ ਜਾਂਦੀ ਹੈ ਠੰਡ ਤੋਂ ਬਚਣ ਦੇ ਲਈ, ਪਰ ਆਪਣਾ ਉਹਦਾ ਜਿਹੜਾ ਹੌਸਲਾ ਉਹ ਪੂਰੀ ਤਰ੍ਹਾਂ ਬਰਕਰਾਰ ਹੈ। ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿੰਨੀ ਮਰਜ਼ੀ ਠੰਡ ਹੋਵੇ ਪਰ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਸਾਡੀ ਲੜਾਈ ਜਾਰੀ ਰਹੇਗੀ। ਯਾਦਵਿੰਦਰ ਮੇਰੇ ਨਾਲ ਨੇ, ਯਾਦਵਿੰਦਰ ਨਿਰਮਲ ਸਿੰਘ ਦੱਸ ਰਹੇ ਸੀ, ਕਹਿੰਦੇ ਜੀ ਹਜੇ ਤੱਕ ਜਿਹੜਾ ਵੀ ਰਿਸਪੌਂਸ ਆਇਆ ਇਹੀ ਕਹਿੰਦੇ ਤੁਸੀਂ ਧਰਨਾ ਛੱਡ ਦਿਉ। ਹੁਣ ਕੀ ਸੋਚਿਆ ਅੱਗੇ? ਅਸੀਂ ਤਾਂ ਜੀ ਪਹਿਲੇ ਦਿਨ ਤੋਂ ਇਹ ਸਾਰੇ ਵਿਦਿਆਰਥੀ ਜਿਹੜੇ ਇੱਥੇ ਨੇਗੇ ਯੂਨੀਵਰਸਿਟੀ ਦੇ ਵਿੱਚ ਹੱਕ ਸੱਚ ਦੀ ਲੜਾਈ ਲੜਦੇ ਰਹੇ ਨੇ ਅਤੇ ਹੁਣ ਵੀ ਸੇਮ ਉਸੇ ਤਰ੍ਹਾਂ ਹੀ ਇਹ ਲੜਾਈ ਲੜਦੇ ਰਹਿਣਗੇ। ਇਹਨਾਂ ਨੇ ਪਹਿਲਾਂ ਵਿਦਿਆਰਥੀਆਂ ਉੱਤੇ ਪਰਚੇ ਪਵਾਏ, ਜਦੋਂ ਵਿਦਿਆਰਥੀ ਫਿਰ ਨਾ ਚੁੱਪ ਕਰੇ ਇਹਨਾਂ ਨੇ 11 ਵਿਦਿਆਰਥੀਆਂ ਨੂੰ ਸਸਪੈਂਡ ਕੀਤਾ, ਤਾਂ ਜਦੋਂ ਵਿਦਿਆਰਥੀ ਫਿਰ ਵੀ ਨਾ ਚੁੱਪ ਕਰੇ ਜਿਵੇਂ ਨਿਰਮਲ ਜੀ ਨੇ ਤੁਹਾਨੂੰ ਦੱਸ ਦਿੱਤਾ, ਹੁਣ ਫਿਰ ਵੀ ਧਮਕੀਆਂ ਵੀ ਅਸੀਂ ਹੋਰ ਸਖਤ ਕਾਰਵਾਈ ਕਰਾਂਗੇ, ਇਹ ਤਾਂ ਹਜੇ ਕੱਚੀ ਰਿਪੋਰਟ ਆ, ਇੱਕ ਪੱਕੀ ਰਿਪੋਰਟ ਆਊਗੀ। ਸਾਡਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਕਹਿਣਾ ਗਾ ਵੀ ਤੁਸੀਂ ਜੋ ਕਾਰਵਾਈ ਕਰਨੀ ਆ ਕਰੋ, ਅਤੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈ। ਸਰਕਾਰ ਨੂੰ ਕੀ ਅਪੀਲ ਕੀਤੀ? ਸਰਕਾਰ ਨੂੰ ਅਪੀਲ ਇਹ ਕਰਦੇ ਵੀ ਮਤਲਬ ਨਮੋਸ਼ੀ ਦੀ ਗੱਲ ਆ, ਸ਼ਰਮ ਦੀ ਗੱਲ ਆ, ਸਰਕਾਰ ਦੇ ਅੱਜ ਤੱਕ ਕਿਸੇ ਵੀ ਨੁਮਾਇੰਦੇ ਦਾ ਨਾ ਇੱਥੇ ਆਉਣਾ ਅਤੇ ਨਾ ਇੱਕ ਸਟੇਟਮੈਂਟ ਵੀ ਜਾਰੀ ਕਰਨਾ ਬੜਾ ਹੀ ਮੰਦਭਾਗਾ ਗਾ। ਸਰਕਾਰ ਨੂੰ ਅਤੇ ਹਾਇਰ ਐਜੂਕੇਸ਼ਨ ਮਿਨਿਸਟਰ ਨੂੰ ਹੁਣ ਤੱਕ ਇਹਦੇ ਕੋਈ ਨਾ ਕੋਈ ਸਥਿਤੀ ਜਿਹੜੀ ਐਕਸ਼ਨ ਲੈਣਾ ਚਾਹੀਦਾ ਸੀਗਾ, ਉਹ ਨਮੋਸ਼ੀ ਦੀ ਗੱਲ। ਮੋਰਚਾ ਦਿਨ ਰਾਤ ਦਾ ਤੁਸੀਂ ਦੇਖ ਹੀ ਰਿਹਾ ਗਾ, ਤਿਆਰੀਆਂ ਪੂਰੀਆਂ ਵਿਦਿਆਰਥੀਆਂ ਦੇ ਆਪਣੇ ਵੱਲੋਂ ਚਲੋ ਜਿੰਨੀਆਂ ਕੁ ਕਰ ਸਕਦੇ ਸੀ ਫੁੱਲ ਨੇਗੀਆਂ, ਪਰ ਹਾਂ ਸਰਕਾਰ ਨੂੰ ਇੰਨਾ ਕੁ ਕਹਿਣਾ ਚਾਹੀਦਾ ਵੀ ਜਦੋਂ ਕਿਸੇ ਦੀ ਧੀ ਤੁਰ ਜੇ ਤਾਂ ਉਹ ਬਾਪ ਨੂੰ ਇੱਕ ਤਾਂ ਦੁੱਖ ਉਹਦਾ ਵੱਡਾ ਅਤੇ ਦੂਜਾ ਇਸ ਠੰਡ ਦੇ ਵਿੱਚ ਇਹ ਬਾਪ ਨੂੰ ਅੱਜ ਆਪਦੀ ਧੀ ਦੇ ਇਨਸਾਫ ਲਈ ਬੈਠਣਾ ਪੈ ਰਿਹਾ ਗਾ, ਇਹ ਬੜੀ ਹੀ ਸ਼ਰਮ ਦੀ ਗੱਲ ਹੈ। ਬਿਲਕੁਲ ਯਾਦਵਿੰਦਰ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਜਦੋਂ ਕੋਈ ਜਿਹੜਾ ਪਿਤਾ ਇਨਸਾਫ ਮੰਗਣ ਵਾਸਤੇ ਇਸ ਤਰ੍ਹਾਂ ਮੋਰਚੇ 'ਚ ਬੈਠੇ, ਧਰਨੇ 'ਚ ਬੈਠੇ ਅਸੀਂ। ਸੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ MLA ਸਾਹਿਬ ਨੇ ਜਿਹੜੇ ਸਾਬਕਾ ਉਹ ਆਏ ਨੇ ਅਤੇ ਵਿਦਿਆਰਥੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਜਿੰਨਾ ਚਿਰ ਜਸ਼ਨਦੀਪ ਕੌਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਜਿਹੜਾ ਪੱਕਾ ਮੋਰਚਾ ਹੈ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ਦੇ ਉੱਪਰ ਜਾਰੀ ਰਹੇਗਾ। ਤੁਸੀਂ ਇੱਕ ਵਾਰੀ ਫਿਰ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਾਂ ਕਿ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੇ ਉਹ ਖੁਦ ਰਾਤ ਦੇ 10 ਵਜੇ ਇਸ ਧਰਨੇ ਦੇ ਵਿੱਚ ਮੌਜੂਦ ਨੇ ਅਤੇ ਲਗਾਤਾਰ ਉਹ ਇਸ ਧਰਨੇ 'ਚ ਸ਼ਮੂਲੀਅਤ ਕਰਦੇ ਨੇ। ਸੋ ਹਾਲਾਤ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇੱਕ ਪਿਤਾ ਨੂੰ ਜਦੋਂ ਆਪਣੀ ਧੀ ਦੇ ਲਈ ਇਨਸਾਫ ਲੈਣ ਵਾਸਤੇ ਇਸ ਤਰ੍ਹਾਂ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਾ ਪਵੇ ਤਾਂ ਸਵਾਲ ਕਈ ਖੜ੍ਹੇ ਹੁੰਦੇ ਨੇ। ਪੰਜਾਬੀ ਯੂਨੀਵਰਸਿਟੀ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।